ਤੇ ਮੈਂ ਬੋਲਾ ਜੀ ਗੂਗਲ ਪੇ ਤੇ ਪੈਸੇ ਇਹਨੇ ਖਿੱਚ ਕੇ ਸਾਡੇ ਪਾਰਟੀ ਨੇ ਕੀਤੇ ਸੀ, ਉਹ ਕਹਿੰਦੇ ਸਾਨੂੰ ਜਿਹੜੇ ਪੈਸੇ 1,75,000 ਰੁਪਇਆ ਤੁਸੀਂ ਦਿਓ, ਤੇ ਕਹਿੰਦੇ ਅਸੀਂ ਅਸੀਂ ਤੇ ਤੇਰੇ ਕੋਲ ਨਾ ਲੈਣ ਦਾ ਦੇਣ ਦਾ ਤੁਹਾਡੇ ਦਾ ਘਰਾਣਾ ਕੋਈ ਵੀ ਨੀਗਾ। ਇਸੇ ਗੱਲੋਂ ਤਕਰਾਰ ਹੋ ਗਿਆ ਜੀ ਇਹਨਾਂ ਦਾ, ਤੇ ਨਿਹੰਗ ਸਿੰਘ ਨੇ ਤਕਰਾਰ ਕਰਦੇ ਸ਼ਮੀਪੁਰੀ ਦੇ ਗੋਡ ਤੇ ਕਿਰਪਾਨ ਮਾਰੀ, ਉਹ ਕਾਫੀ ਜ਼ਖਮੀ ਹੋ ਗਿਆ ਜੀ, ਉਹਨੂੰ ਹਸਪਤਾਲ ਲੈ ਆਏ। ਇਹਦੇ ਨਾਲ ਜਿਹੜੇ ਜ਼ਖਮੀ ਹੋਏ ਦੋਵੇਂ ਅਮਨਪੁਰੀ ਤੇ ਕਰਨਪੁਰੀ ਜੀ, ਹਾਂਜੀ ਇਹ ਮਾਮਲਾ ਖੜਾ ਜੀ। ਮੌਤ ਹੋ ਗਈ ਹੈ ਸ਼ਮੀਪੁਰੀ ਦੀ, ਬਾਕੀ ਦੋ ਜ਼ਖਮੀ ਜੀ। ਪਰਮਿੰਦਰ ਸਿੰਘ ਵਲਟੋਏ ਦਾ ਖਡੂਰ ਸਾਹਿਬ ਰਹਿੰਦਾ ਗੋਂਦਵਾਲ, ਸੋਰੀ ਗੋਂਦਵਾਲ ਰਹਿੰਦਾ ਜੇਲ ਦੇ ਪਿੱਛੇ। ਅਸੀਂ ਅੱਜ ਤੋਂ 10 ਦਿਨ ਪਹਿਲਾਂ ਉਹਨੂੰ ਕਹਿ ਕੇ ਵੀ ਆਏ ਕਿ ਅਸੀਂ ਪੈਸੇ ਦੇ ਤੇ ਰਾਜੀਨਾਮਾ ਹੋ ਗਿਆ, ਫਿਰ 10 ਤੋਂ 15 ਬੰਦੇ ਲੈ ਕੇ ਇਨੋਵਾ ਲੈ ਕੇ ਆ ਗਿਆ, ਸਾਡੇ ਘਰੇ ਕਿਰਪਾਨਾਂ ਲੈ ਕੇ। ਠੀਕ ਹੈ ਜੀ, ਤੇ ਮੈਂ ਬਾਜ਼ਾਰ ਗਿਆ, ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਪੁੱਤ ਘਰੇ ਆਏ, ਇਸ ਤਰ੍ਹਾਂ 12-13 ਬੰਦੇ ਆਏ। ਤੇ ਮੈਂ ਉਸੇ ਵੇਲੇ ਆ ਗਿਆ ਘਰੇ, ਤੇ ਆਉਂਦਿਆਂ ਨੂੰ ਤੁਦੂ ਮੈਂ ਮਹੋਦੀ ਅਮਨ ਵੀ ਮੇਰਾ ਭਰਾ ਤੇ 2-3 ਜਣੇ ਆਈ, ਬਸ ਉਹ ਵੀ 12-13 ਜਣੇ, ਉਹ 12-13 ਜਣੇ ਇਨੋਵਾ ਦੇ ਪੂਰੀ ਤਿਆਰੀ ਨਾਲ ਆਏ ਕਿਰਪਾਨਾਂ ਕਿਰਪੂਨਾਂ ਲੈ ਕੇ। ਤੁਹਾਨੂੰ ਪਤਾ ਨੀ ਸਾਡੇ ਕੋਈ ਸੰਦ ਨੀ ਹੈਗਾ, ਤੇ ਉਹ ਜਦੋਂ ਉਹਨਾਂ ਨੇ ਗੁੱਟ ਵੱਟਿਆ ਫਿਰ ਆਈ ਇਨੋਵਾ ਦੇ ਸ਼ੀਸ਼ੇ ਭੰਨੇ, ਫਿਰ ਉਹ ਅੱਗੇ ਲਾ ਕੇ ਟਾਟਾ ਮਾਰ ਕੇ ਭੱਜ ਗਏ। ਕੋਈ ਝਗੜਾ ਨੀ, ਕੋਈ ਐਵੇਂ ਨਜਾਇਜ਼ ਪੈਸੇ ਮੰਗਦਾ ਫਰੋਤੀ ਲੈਂਦਾ ਸਾਡੇ ਕੋਲ, ਮੇਰੇ ਖਾਤੇ ਚ ਪਾਓ ਨਹੀਂ ਤਾਂ ਮੈਂ ਤੁਹਾਡੇ ਟੱਬਰ ਨੂੰ ਆਖ ਦਿਆਂ। ਮੇਰੇ ਪਿਓ ਦੀ ਕੀ ਗੁੱਟ ਵੱਢਿਆ? ਗੁੱਟ ਵੱਢਿਆ ਤੇ ਹਸਪਤਾਲ ਵਾਲਿਆਂ ਨੇ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ, ਦਵਾਈ ਲੈ ਗਿਆ ਬਿਲਕੁਲ ਸਹੀ, ਬਿਲਕੁਲ ਸਹੀ, ਬਿਲਕੁਲ ਮਤਲਬ ਕਿ ਗੱਲਾਂ ਬਾਤਾਂ ਕਰਦੇ ਖੂਨ ਨਾ ਚੜ੍ਹਨ ਕਰਕੇ। ਮੇਰਾ ਨਾਂ ਕਰਨਪੁਰੀ, ਮੇਰੇ ਹਾਂਜੀ ਖੱਬੇ ਭਾਈ ਮੰਗ ਕਰਦੇ ਪੁਲਿਸ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਦੇ ਇਹਨਾਂ ਦੀ ਕਾਰਵਾਈ ਕਰੀ ਦਿੱਤੀ ਜਾਵੇ। ਕਿੰਨੇ ਹੋਣਗੇ ਟੋਟਲ? ਉਹ ਹੈਗੇ 9 ਤੋਂ 10 ਜਣੇ, ਮਹੱਲੇ ਮੁਹੱਲੇ ਲੈ ਕੇ, ਮਹੱਲੇ ਵਾਲੇ ਪਤਾ ਨੀ ਹੁੰਦੇ ਜਾਂਦੇ, ਜਦੋਂ 2 ਮਿੰਟ ਬੈਠੇ ਆਈ ਕਿ ਚਾਹ ਪਾਣੀ ਪੀਓ ਘਰੇ ਬਹੋ, ਉਹਨਾਂ ਹੁੰਦੇ ਕਿਰਪਾਨਾਂ ਕੱਢ ਕੇ ਕਹਿੰਦੇ ਗਲੀ ਚ ਬੱਚੋ, ਗਲੀ ਚ ਬੱਚੋ, ਤੁਹਾਡੇ ਘਰ ਦੇ ਮੱਗ ਲਾ ਰਹਿ ਗੋਂਦਵਾਲ ਗੁਰਦੁਆਰੇ ਦੇ ਉਹ ਵਸਨੀਕ, ਗੋਂਦਵਾਲ ਗੁਰਦੁਆਰੇ ਸਾਹਿਬ ਦੇ ਵਸਨੀਕ। ਇਹਨਾਂ ਨੇ ਕਿਹਾ ਕਿ ਪਹਿਲਾਂ ਕੋਈ ਨਿੱਕਾ ਮੋਟਾ ਇਹਨਾਂ ਦਾ ਝਗੜਾ ਸੀ ਪੈਸਿਆਂ ਦਾ ਲੈਣ ਦੇਣ, ਨਿਹੰਗ ਸਿੰਘ ਸੀ, ਨਿਹੰਗ ਸਿੰਘ ਆਏ ਅਨੋਵਾ ਗੱਡੀ ਤੇ, ਸੱਤ ਜਾਣੇ ਜਿਨ੍ਹਾਂ ਨੇ ਆਉਂਦੇ ਘਰ ਵਿੱਚ ਵੜ ਕੇ ਸ਼ਰੇਆਮ ਤਲਵਾਰਾਂ ਮਾਰੀਆਂ, ਸ਼ਰੇਆਮ 2 ਮੇਰੇ ਸਾਲੇ ਤੇ 1 ਮੇਰਾ ਸਹੁਰਾ ਸਾਹਿਬ, ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਹੈ। ਵਾਰਡ ਨੰਬਰ 6 'ਚ 12 ਵਜੇ ਕੰਮ ਹੋਇਆ।